ਜੇ ਦਿਨ ਮਾਂ ਪਿਓ ਵੀ ਵੇਖ ਕੇ ਨਸ ਪੈਣਾ ਨਾ ਤੇ ਭੈਣਾਂ ਬਰਾਵਾਂ ਵੀ ਵੇਖ ਕੇ ਨਸ ਪੈਣਾ। ਹਜ਼ੂਰ ਫਰਮਾਉਂਦੇ ਨੇ ਉਸ ਦਿਨ ਮੈਂ ਰੋ ਪੈਣਾ ਤੇ ਹਜ਼ੂਰ ਸਾਡੀ ਖਾਤਰ ਰੋ ਪੈਣਾ। ਅੱਜ ਤੁਸੀਂ ਉਹਨਾਂ ਦੇ ਬਾਰੇ ਲੋਕਾਂ ਕੋਲ ਗੱਲਾਂ ਬਹਿ ਕੇ ਸੁਣਦੇ ਹੋ ਜੀ, ਮੇਰਾ ਚਾਚਾ ਉਧਰ ਹੈ ਤੇ ਮੇਰਾ ਮਾਮਾ ਉਧਰ ਹੈ ਤੇ ਮੇਰਾ ਲਾਲਾ ਉਧਰ ਹੈ ਤੇ ਮੈਂ, ਤੂੰ ਕਿਧਰ ਹੈ, ਤੇਰਾ ਇਮਾਨ ਕੀ ਕਹਿੰਦਾ, ਤੂੰ ਕਿਹੜੇ ਪਾਸੇ, ਜਿਹਨਾਂ ਤੇਰੇ ਮੂੰਹ ਤੇ ਮਿੱਟੀ ਪਾ ਕੇ ਆ ਜਾਣਾ ਤੂੰ ਉਹਨਾਂ ਦੀ ਖਾਤਰ ਹਜ਼ੂਰ ਦਾ ਦਾਮਨ ਛੱਡਣਾ, ਜਿਹਨਾਂ ਕਿਆਮਤ ਨੂੰ ਵੇਖ ਕੇ ਤੈਨੂੰ ਨਸ ਪੈਣਾ ਤੂੰ ਉਹਨਾਂ ਨੂੰ ਜਾਣਾ, ਉਹਨਾਂ ਦੀ ਖਾਤਰ ਤੂੰ ਹਜ਼ੂਰ ਨੂੰ ਛੱਡ ਰਿਹਾ। ਕਰੋੜਾਂ ਦੁਨੀਆ ਵੀ ਇੱਕ ਤਰਫ ਖੜੀ ਹੋ ਜਾਏ ਨਾ, ਉਹਨੇ ਕਿਹਾ ਝੱਲਾ ਹੋਇਆ ਮਰ ਹੀ ਜਾਊ ਜਿਸ ਦਰ ਸੇ ਜਾਊ ਦੋ ਕਦਮ ਕਿਆ ਬਚੇ ਬੀਮਾਰ ਗਮ ਕੁਰਬੇ ਮਸੀਹਾ ਛੋੜ ਕਰ। ਗੱਲ ਇੰਜ ਹੋਣੀ ਚਾਹੀਦੀ, ਆਉਣਾ ਉੱਥੇ ਰਸੂਲ ਉੱਲਾ ਨੇ, ਹਜ਼ੂਰ ਫਰਮਾਉਂਦੇ ਨੇ ਕਿਆਦਤ ਉਸ ਦਿਨ ਮੇਰੀ ਹੋਣੀ। ਅੱਗੇ ਜੀ ਵਾਨਾ ਅਵਲ ਉਨਾ ਸੇ ਖਰੂਜ ਨਿਜ਼ਾ ਬੋਏ ਸੂ ਵਾਨਾ ਕਾਇਦ ਹੋ ਮਿਜ਼ਾ ਵਫਦੂ ਵਾਨਾ ਖਤੀਬ ਹੋ ਮਿਜ਼ਾ ਅਨਸਤੂ। ਹਜ਼ੂਰ ਨੇ ਫਰਮਾਇਆ ਜਦੋਂ ਸਾਰੀ ਦੁਨੀਆ ਚੁੱਪ ਹੋਏਗੀ ਨਾ ਮੈਂ ਉਸ ਦਿਨ ਰੱਬ ਨਾਲ ਗੱਲ ਕਰਾਂਗਾ, ਸਾਰੀ ਦੁਨੀਆ ਚੁੱਪ ਹੋਏਗੀ, ਹਜ਼ੂਰ ਫਰਮਾਉਂਦੇ ਨੇ ਗੱਲ ਮੈਂ ਉਸ ਦਿਨ ਰੱਬ ਨਾਲ ਕਰਾਂਗਾ। ਤੇ ਤੁਹਾਡੇ ਮੇਰੇ ਵਾਸਤੇ ਫਿਰ ਕਰਨਗੇ, ਤੂੰ ਤਾਂ ਬਈ ਲੱਭਿਆ ਦਾ ਨਾਰਾ ਵੀ ਨਾ ਲਾ ਸਕਿਆ, ਤੂੰ ਮੇਰੀ ਇੱਜ਼ਤ ਦੀ ਖਾਤਰ ਜਿਹੜੇ ਲੋਕ ਖੜੇ ਸਨ ਤੂੰ ਉਹਨਾਂ ਨਾਲ ਖੜਾ ਹੋਣ ਦੀ ਬਜਾਏ ਉਹਨਾਂ ਦੀਆਂ ਚੁਗਲੀਆਂ ਕਰਦਾ ਸੀ ਜੀ। ਇਹ ਇਹਨਾਂ ਵਾਸਤੇ ਹਜ਼ੂਰ ਸ਼ਫਾਤ ਕਰਨੀ, ਨਾ 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 ਇੰਜ ਨਹੀਂ ਹੋਣਾ ਕਿ ਜਿਹਨਾਂ ਦੁਨੀਆਂ ਦੇ ਦੀਨ ਨਾਲ ਮਜ਼ਾਕ ਕੀਤਾ ਨਾ ਕਿਆਮਤ ਨਾਲ ਉਹਨਾਂ ਨਾਲ ਵੀ ਮਜ਼ਾਕ ਆਉਣਾ। ਪਤਾ ਕਿੰਝ ਹੋਣਾ, ਹਜ਼ੂਰ ਨੇ ਫਰਮਾਇਆ ਕਿ ਜੰਨਤ ਦਾ ਦਰਵਾਜ਼ਾ ਖੋਲ ਦਿੱਤਾ ਜਾਏਗਾ, ਜੰਨਤ ਦਾ ਦਰਵਾਜ਼ਾ ਇੱਕ ਚੌਖਟ ਤੋਂ ਲੈ ਕੇ ਨਾ ਦੂਸਰੀ ਤੱਕ, ਪਤਾ ਕਿਤਨਾ, ਘੋੜੇ 'ਤੇ ਸਵਾਰ ਹੋ ਕੇ ਬੰਦਾ ਪੰਜ ਕਲਿਆਣ ਘੋੜਾ ਹੋਵੇ ਅਤੇ ਐਂਜੀ ਜੰਪ ਵੀ ਲਾਵੇ ਫਰਲਾਂਗ ਫਰਲਾਂਗ 'ਤੇ, ਹਜ਼ੂਰ ਨੇ ਫਰਮਾਇਆ ਉਹ ਘੋੜ ਸਵਾਰ 500 ਸਾਲ ਵਜਾਉਂਦਾ ਰਹੇ ਨਾ ਫਿਰ ਇੱਕ ਚੌਖਟ ਤੋਂ ਦੂਸਰੀ ਤੱਕ ਪਹੁੰਚੇਗਾ। ਇਤਨਾ ਵੱਡਾ ਹੈ ਜੰਨਤ ਦਾ ਦਰਵਾਜ਼ਾ, ਇਤਨਾ ਵੱਡਾ ਜੰਨਤ ਦਾ ਦਰਵਾਜ਼ਾ ਹਾਂ ਇੱਕ। ਅਤੇ ਹਜ਼ੂਰ ਫਰਮਾਉਂਦੇ ਨੇ ਉਹ ਖੜਕਾਉਣਾ ਮੈਂ ਹੀ ਹੈ ਸਭ ਤੋਂ ਪਹਿਲਾਂ, ਹਜ਼ੂਰ ਫਰਮਾਉਂਦੇ ਨੇ ਮੈਂ ਦਸਤਕ ਦੇਣੀ, ਫਯਫਤਹੁਲਲਾਹੁ ਲੀ, ਖੁਦ ਅੱਲਾ ਆਪਣੇ ਦਸਤੇ ਮੁਬਾਰਕ ਸੇ ਖੋਲੇਗਾ, ਫਰਿਸ਼ਤੋਂ ਕੋ ਨਹੀਂ, ਫਤਹ ਯਫਤਹੁ ਦਾ ਫਾਇਲ ਕੌਣ ਹੈ ਜੀ, ਅੱਲਾ। ਇਹਦਾ ਮੈਂ ਵਜ਼ਾਤਾਂ ਬੜੀਆਂ ਗੱਲਾਂ ਦੀ ਵਜ਼ਾਤ ਕਦੇ ਨਹੀਂ ਕੀਤੀ, ਲੋਕਾਂ ਦਾ ਜ਼ਿਹਨ ਹੀ ਕੋਈ ਨਹੀਂ, ਹਾਂ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਹਜ਼ੂਰ ਦੀ ਸ਼ਾਨ ਕਿਵੇਂ ਅਤੇ ਮਕਾਮ ਕੇ। ਫਯਫਤਹੁਲਲਾਹ, ਇਹ ਤਾਂ ਜਬਰੀਲ ਨੇ ਤਾਂ ਨਹੀਂ ਨਾ ਭਾਈ, ਜਬਰੀਲ ਖੋਲੇਗਾ, ਮੀਕਾਇਲ ਖੋਲੇਗਾ ਨਾ, ਫਯਫਤਹੁਲਲਾਹੁ ਲੀ, ਅੱਲਾ ਆਪਣੇ ਦਸਤੇ ਕੁਦਰਤ ਸੇ ਖੁਦ ਖੋਲੇਗਾ। ਫਯੁਦਖਿਲੁਨੀ ਯਾ ਵਮਾ ਯਾ ਫੁਕਰਾ ਉਲ ਮੋਮਿਨੀਨ, ਇਹ ਤੁਸੀਂ ਮੇਰੇ ਵੱਲ ਵੇਖਣਾ ਫਿਰ ਤੁਹਾਨੂੰ ਇਸ ਹਦੀਸ ਦੀ ਸਮਝ ਆਉਣੀ। ਜਦੋਂ ਖੁਦ ਰੱਬ ਖੋਲੇਗਾ ਨਾ ਦਸਤੇ ਕੁਦਰਤ ਸੇ ਤਾਂ ਫਿਰ ਖੁਦ ਫਰਮਾਏਗਾ ਮੇਰੇ ਹਬੀਬ ਚੱਲੀਏ ਨਾ, ਯਦ ਖੁਲ ਹੋ ਨਹੀਂ ਦਖਲ ਹੈ, ਯਦ ਖੁਲ ਦਖੂਲ ਕਾ ਮਾਨਾ ਅੱਜ ਖੁਦ ਜਾਣਾ, ਅਦਖਲ ਹੈ ਯੁੱਧ ਖਿਲ ਖਾਲ ਨੂੰ ਬਾਬੇ ਫਾਲ ਤੇ ਲੈ ਗਏ ਤੇ ਇਹਦਾ ਮਾਨਾ ਹੈ ਕਿਸੀ ਕੋ ਕਹਿਣਾ ਕਿ ਚੱਲੀਏ ਜੀ ਆਓ। ਉਸ ਦਿਨ ਫਿਰ ਇਹ ਮੰਜ਼ਰ ਹੋਣਾ ਮੇਰੇ ਹਬੀਬ ਹੈ ਸਭ ਕੁਝ ਤਾਂ ਤੁਹਾਡੇ ਵਾਸਤੇ ਸਜਾਇਆ, ਜ਼ਰਾ ਚੱਲੀਏ ਨਾ ਅੱਜ, ਬਸ ਇਤਨੀ ਬਾਤ। ਹਜ਼ੂਰ ਫਰਮਾਉਂਦੇ ਨੇ ਫਿਰ ਮੈਂ ਇੱਕ ਦਰਵਾਜ਼ਾ ਖੜਖਟਾਉਣਾ ਹੈ ਅਤੇ ਲਿਵਾ ਉਲ ਹਮਦ ਹਜ਼ੂਰ ਦੇ ਹੱਥ 'ਚ ਹੋਣਾ ਹੈ, ਆਦਮ ਅਲੈਹਿ ਸਲਾਮ ਤੋਂ ਲੈ ਕੇ ਸਾਰੀ ਦੁਨੀਆ ਉਸ ਝੰਡੇ ਥੱਲੇ ਹੋਣੀ। ਅਤੇ ਉਸ ਦਿਨ ਜਿਹੜਾ ਲੱਬੈਕ ਦਾ ਨਾਰਾ ਲੱਗਣਾ ਨਾ ਤਾਂ ਫਿਰ ਇਮਾਮ ਅਹਿਮਦ ਰਜ਼ਾ ਦਾ ਮੁਝ ਸੇ ਖਿਦਮਤ ਕੇ ਕੁਦਸੀ ਕਹੇ ਹਾਂ ਰਜ਼ਾ, ਆਲਾ ਹਜ਼ਰਤ ਨੂੰ ਫਰਿਸ਼ਤਿਆਂ ਕਹਿਣਾ ਜ਼ਰਾ ਬਾਹਰ ਆਓ ਨਾ ਜੀ, ਅੱਜ ਪੜ੍ਹੋ ਹਾਂ ਜ਼ਰਾ ਸਲਾਮ ਹੋ, ਅੱਜ ਪੜ੍ਹੋ ਸਲਾਮ, ਕਿਉਂ ਜੀ ਈਦ ਮੁਸ਼ਕਿਲ ਕੁਸ਼ਾਈ ਕੇ ਚਮਕੇ ਹਿਲਾਲ ਨਾਖਨੋਂ ਕੀ ਬਸ਼ਾਰਤ ਪੇ ਲਾਖੋਂ ਸਲਾਮ। ਆਲਾ ਹਜ਼ਰਤ ਬਰੇਲਵੀ ਫਰਮਾਉਂਦੇ ਨੇ ਇੱਥੇ ਤਾਂ ਇੱਕ ਚੰਨ ਚੜ੍ਹਨਾ ਨਾ ਤਾਂ ਈਦ ਆ ਜਾਂਦੀ, ਅਤੇ ਨਾਖੁਨ ਜਿਹੜਾ ਨਾ ਪਤਾ ਹੈ ਨਾ ਤੁਹਾਨੂੰ ਉਹ ਪਹਿਲੇ ਰਾਤ ਦੀ ਚੰਨ ਨਹੀਂ ਤਰ੍ਹਾਂ ਆਉਂਦੇ ਨੇ ਟੇੜੇ ਮੇੜੇ ਸਿੱਧਾ ਇੱਦਾਂ ਨਹੀਂ ਨਾ ਆਉਂਦਾ, ਇੰਝ ਆਉਂਦੇ ਨੇ ਨਾ ਨਾਖੁਨ। ਅਤੇ ਆਲਾ ਹਜ਼ਰਤ ਫਰਮਾਉਂਦੇ ਨੇ ਜਦੋਂ ਹਜ਼ੂਰ ਚੱਲਣਗੇ ਨਾ ਜਨਾਬ ਅਤੇ ਇਹ 5 ਨਾਖੁਨ ਇਹ 10 ਹੋ ਗਏ ਅਤੇ 10 ਪੈਰਾਂ ਦੇ, ਫਰਮਾਉਂਦੇ ਨੇ ਉਹ ਦਿਨ ਇੱਕ ਚੰਨ ਨਹੀਂ ਚੜ੍ਹਨਾ, ਉਸ ਦਿਨ 10 ਚੰਨ ਚੜ੍ਹਨਾ, ਅਤੇ ਉਹ ਵੀ ਮੁਸ਼ਕਿਲ ਕੁਸ਼ਾਈ ਦਾ। ਇੱਥੇ ਤਾਂ ਸੇਵੀਆਂ ਵਾਲੇ ਅਤੇ ਕੁਰਬਾਨੀਆਂ ਵਾਲੇ ਚੰਨ ਚੜ੍ਹਨੇ ਨਾ, ਈਦ ਮੁਸ਼ਕਿਲ ਕੁਸ਼ਾਈ ਕੇ ਈਦ ਮੁਸ਼ਕਿਲ ਕੁਸ਼ਾਈ ਕੇ ਚਮਕੇ ਹਿਲਾਲ, ਇੱਕ ਨਹੀਂ ਸੂਰਜ ਉਹਨੇ ਚੰਨ ਚੜ੍ਹਨਾ, ਉਹ ਦਿਨ ਜਦੋਂ ਹਜ਼ੂਰ ਐਂ ਚੱਲਣਾ ਹੈ ਨਾ, ਬਸ ਅਸੀਂ ਬਸ ਉਹਨਾਂ ਦੀਆਂ ਹੀ ਗੱਲਾਂ ਕਰਨੇ ਹਾਂ। ਹੋਰ ਮੈਂ ਕੋਈ ਗੱਲ ਕੀਤੀ, ਵੈਸੇ ਆਪਸ ਵਿੱਚ ਬੈਠੇ ਕੋਈ ਕੀਤੀ ਤਾਂ ਦੱਸੋ, ਕੋਈ ਚੰਦੀ ਦੀ, ਕੋਈ ਰੋਟੀ ਦੀ, ਕੋਈ ਪਾਣੀ ਦੀ,
औखा होने की बड़े औखे हैं क्यों जी अपनी बीमारी दी की इसके बावजूद हालांकि मेरे वाली बीमारी जी बंद पांच मिनट नहीं कट सकता तो मैं इतने साल कड़ी फिरना हाँ ये बीमारी इतनी डाढ़ी हर शायद ही जी मोहताजी हुई लेकिन फिर भी मैं थोड़े सामने बैठे क्यों जी तो दस मिनट मेरे को थले नहीं बैठ होना चीखा निकल जाती लेकिन मैं उत जेल छे महीने थले बैठा हाँ जी छे महीने मैं थले बैठा गया किस मुंह से कहता है अपने आप को इश्क बाद तंग तो मैं होने हूँ जाहिर बात है बंदा बैठा चौबीस घंटे बैठा बैठा ही बैठा बैठा ही बैठा तंग तो बंदा होना तो फिर मैं अपने आप को कहता सी या तो गल नहीं सन करनी है जी जी की ने तो हम जलो बादशाह जब करनी नहीं सन सुभान तुहाड़ियां दुआवां नाल फिर मैं उत्थे बैठा रहा जी हम मैनू भी नहीं पता कि मैं इतनी देर बैठने वाला बंदे तो गुरदे खत्म हो जाता ये पक्की गल तो मैं तुहाड़े सामने आ गया वा बाहर गुरदे भी ठीक है ना जे क्यों जी ठीक है तो साढ़े नाल खड़े होवो तो जिथे भी वो जेड़े जेड़े इलाके चो आयो उत्थे कम करो लब्बा एकदम कान बंद करके काम हो सकते हैं जिंदगी जदों तक तुम किसी की सुन लैनी उस वेल तक हजूर के दीन का काम कोई नहीं करना लखां तुहाड़े वस वसे पाणगे ओ छड्डो जी इन्हां मौलवियों केड़ा जितना है जितना मकसद है कोई जी ना ना बताओ शेख किबने अली आया था क्यों मैदान में बताओ शेख किबने अली आया था क्यों मैदान में घर हो सकती थी हुजरे में शम्मा ईमानी रोशन तो बाजार तो कुछ भी नहीं ना होंगे तो इस वास्ते तुम हूँ जनाब खत्म शरीफ होना है तो यह मैं थोड़े तो फर मैं लाल भी मैंने पता सी मैं तकरीर न की तो इन्हें नाराज़ हो जाना है वैसे मेरा दिल कोई नहीं सी बिल्कुल तकरीर करन दे तो फिर थोड़ा जौक भी नाल बन गया अजे तो मैं वैसे सादी जी थोड़े तो सामने की अजे कोई नहीं लंबी चौड़ी तकरीर की तकरीर तो करा उस दिन जदों हजूर का दीन आना है वो दिन फिर टीवी ते तकरीर होएगी क्यों वो दिन फिर टीवी ते नाता होगी वो दिन फिर हदीसा लिखिया जाने वो दिन फिर कहना जी आया जी हजूर का दीन क्यों जी जे करोना आया तो उन्हें घर बंद करो मसीत बंद नहीं हो सकती क्यों जी सारी सारा फराड ते धोखे च ना आया करो जदों भी कोई परेशानी हो हजूर वाल वेखो रसूलुल्लाह दी जात वाल वेखो हजूर ने सारा कुछ हजूर फरमा के तशरीफ लै गए क्यों जी हजूर सुबह तो लैके शाम तक खुतबा दिता जो कुछ हो चुके सी हजूर उदी भी खबर दिती जो कुछ होने वाला सी हजूर उदी भी खबर दी बस गल मुक गई कायनात वो आ गए उन्होंने गल्ला होनिया